ਰਹੀਆ ਕਿ ਪਿਛਲੇ ਕਰੀਬ 15-20 ਸਾਲਾਂ ਤੋਂ ਜੋ ਪੰਜਾਬ 'ਚ ਇੱਥੇ ਹਾਲਾਤ ਬਣੇ ਆ ਉਹਨਾਂ ਹਾਲਾਤਾਂ ਦੇ ਮੱਦੇਨਜ਼ਰ ਔਰ ਉਹਨਾਂ ਹਾਲਾਤਾਂ ਤੋਂ ਤੰਗ ਆ ਕੇ ਆਪਣੇ ਬਹੁਤ ਸਾਰੇ ਪੰਜਾਬੀ ਜਿਹੜੇ ਆ ਉਹ ਬਾਹਰਲੇ ਮੁਲਕਾਂ 'ਚ ਵਸਣ ਚਲੇ ਗਏ ਕੋਈ ਗਿਣਤੀ ਨਹੀਂ ਮੇਰਾ ਖਿਆਲ ਹੈ ਸ਼ਾਇਦ ਇੱਕ ਅੰਦਾਜ਼ੇ ਮੁਤਾਬਕ ਇਸ ਵੇਲੇ 30-35 ਲੱਖ ਜਿਹੜਾ ਪੰਜਾਬੀ ਆ ਉਹ ਵੱਖਰੇ ਵੱਖਰੇ ਮੁਲਕਾਂ 'ਚ ਇਸ ਵੇਲੇ ਵੱਸ ਰਿਹਾ ਵਾ ਇਹਨਾਂ ਸਰਕਾਰਾਂ ਨੇ ਸ਼ਾਇਦ ਸੋਚਿਆ ਸੀ ਕਿ ਚਲਾ ਹੋਇਆ ਚੰਗਾ ਹੋਇਆ ਚਲੇ ਗਏ ਦਫਾ ਹੋਏ ਸ਼ਾਇਦ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਇਹੋ ਲੋਕ ਜਿਹੜੇ ਆ ਇਹਨਾਂ ਚੋਣਾਂ ਦੇ ਵਿੱਚ ਉਹਨਾਂ ਦੀ ਜੜ੍ਹਾਂ 'ਚ ਤੇਲ ਦੇਣ ਆ ਰਹੇ ਆ ਸੋ ਪਿਛਲੇ ਕਰੀਬ ਕਈ ਮਹੀਨਿਆਂ ਤੋਂ ਪਹਿਲਾਂ ਦਿੱਲੀ ਦੀਆਂ ਚੋਣਾਂ ਵੇਲੇ ਔਰ ਹੁਣ ਇਹਨਾਂ ਚੋਣਾਂ ਵੇਲੇ ਬਾਹਰ ਵਾਸਤੇ ਪੰਜਾਬੀਆਂ ਤੋਂ ਬਹੁਤ ਚੰਗਾ ਹੁੰਗਾਰਾ ਮਿਲ ਰਿਹਾ ਵਾ ਕਈ ਤਰ੍ਹਾਂ ਦਾ ਹੁੰਗਾਰਾ ਸਾਨੂੰ ਮਿਲ ਰਿਹਾ ਵਾ ਸਭ ਤੋਂ ਜ਼ਿਆਦਾ ਤਾਂ ਸਾਨੂੰ ਜਿਹੜੀ ਇੱਕ ਮੋਰਲ ਸਪੋਰਟ ਜਿਹੜੀ ਆ ਉਹ ਉਹਨਾਂ ਤੋਂ ਮਿਲ ਰਹੀ ਆ ਉਸ ਤੋਂ ਇਲਾਵਾ ਉੱਥੇ ਬਾਹਰ ਵਾਸਤੇ ਪੰਜਾਬੀਆਂ ਦੀ ਮੰਗ 'ਤੇ ਅਸੀਂ ਕਰੀਬ 2 ਦਰਜਨ ਹੈਂਗਆਊਟ ਜਿਹੜੇ ਆ ਕਰ ਚੁੱਕੇ ਹਾਂ ਕੁਝ ਸਾਡੇ ਸਾਥੀ ਬਾਹਰ ਗਏ ਵੀ ਸੀ ਪਰ ਚੋਣਾਂ ਕਰਕੇ ਬਹੁਤੇ ਲੋਕ ਚੋਣਾਂ ਕਰਕੇ ਬਹੁਤੇ ਸਾਡੇ ਸਾਥੀ ਬਾਹਰ ਨਹੀਂ ਜਾ ਸਕੇ ਔਰ ਬਹੁਤ ਸਾਰੇ ਸਾਥੀ ਨਹੀਂ ਜਾ ਸਕੇ ਔਰ ਅਸੀਂ ਗੂਗਲ ਹੈਂਗਆਊਟ ਦੇ ਜ਼ਰੀਏ ਜਾਂ ਸਕਾਈਪ ਦੇ ਜ਼ਰੀਏ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਰਹੇ ਹਾਂ ਮੈਂ ਆਪ ਖੁਦ ਕਰੀਬ 12-14 ਹੈਂਗਆਊਟ ਜਿਹੜੇ ਆ ਕੀਤੇ ਆ ਸਾਨੂੰ ਕੁਝ ਫਾਈਨੈਂਸ਼ੀਅਲ ਸਪੋਰਟ ਵੀ ਆਈ ਹੈ ਉੱਥੋਂ ਇਹਦੇ 'ਚ ਕੋਈ ਸ਼ੱਕ ਨਹੀਂ ਔਰ ਸਾਡੇ ਖਿਲਾਫ਼ ਪ੍ਰਚਾਰ ਕੀਤਾ ਜਾ ਰਿਹਾ ਜੀ ਕਿ ਰੈਡੀਕਲਸ ਟੈਰਰਿਸਟ ਐਕਸਟ੍ਰੀਮਿਸਟ ਇਹਨਾਂ ਨੂੰ ਮਦਦ ਕਰ ਰਹੇ ਆ ਆਹ ਦੇਖ ਲਓ ਜਿਹੜੇ ਸਾਡੇ ਸਮਰਥਨ ਦੇ ਇੱਥੇ ਆਏ ਆ ਇਹਨਾਂ 'ਚੋਂ ਕਿੰਨੇ ਕੁ ਟੈਰਰਿਸਟ ਦਿਸਦੇ ਆ ਜਾਂ ਰੈਡੀਕਲ ਅਮਰੀਕਨ ਇਹ ਉਹ ਲੋਕ ਨੇ ਜਿਹੜੇ ਪੰਜਾਬ ਨਾਲ ਪਿਆਰ ਕਰਦੇ ਆ ਆਪਣੇ ਵਤਨ ਨਾਲ ਮਿੱਟੀ ਨਾਲ ਆਪਣੇ ਪਿੰਡਾਂ ਨਾਲ ਆਪਣੇ ਸ਼ਹਿਰਾਂ ਨਾਲ ਪਿਆਰ ਕਰਦੇ ਆ ਇਹਨਾਂ 'ਚੋਂ ਬਹੁਤ ਸਾਰੇ ਉੱਥੇ ਬੜੇ ਵੱਡੇ ਪ੍ਰੋਫੈਸ਼ਨਲਸ ਆ ਸਾਨੂੰ ਇਹਨਾਂ ਸਾਰਿਆਂ 'ਤੇ ਬਹੁਤ ਮਾਣ ਆ ਕਿ ਬਾਹਰ ਜਾ ਕੇ ਇਹਨਾਂ ਲੋਕਾਂ ਨੇ ਪੰਜਾਬ ਨੂੰ ਆਪਣੇ ਮੁਲਕ ਨੂੰ ਇਹਨਾਂ ਨੇ ਮਾਨ ਸਨਮਾਨ ਜਿਹੜਾ ਉੱਥੇ ਜਾ ਕੇ ਦਿੱਤਾ ਵਾ ਇਹ ਉਹ ਲੋਕ ਨੇ ਜਿਹਨਾਂ ਨੂੰ ਇੱਥੇ ਫੇਲ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਬਾਹਰ ਜਾ ਕੇ ਇਹ ਆਪਣੇ ਮਿਹਨਤ ਦੇ ਸਦਕਾ ਔਰ ਉਹਨਾਂ ਮੁਲਕਾਂ ਦੀ ਦਾਤ ਦੇਣੀ ਚਾਹੀਦੀ ਹੈ ਜਿਹਨਾਂ ਨੇ ਇਹਨਾਂ ਨੂੰ ਉੱਥੇ ਕਾਮਯਾਬ ਬਣਾਇਆ ਸੋ ਫੰਡਿੰਗ ਤੋਂ ਇਲਾਵਾ ਉੱਥੇ ਸਾਨੂੰ ਜਿਵੇਂ ਦੱਸਿਆ ਮੋਰਲ ਸਪੋਰਟ ਬਹੁਤ ਆ ਕਾਲਿੰਗ ਕੈਂਪੇਨ ਬਹੁਤ ਵੱਡੇ ਪੱਧਰ 'ਤੇ ਹੋ ਰਹੀ ਆ ਇਹ ਕਾਲ ਕਰਕੇ ਦੱਸਦੇ ਆ ਲੋਕਾਂ ਨੂੰ ਕਿ ਅਸੀਂ ਕਿਹੜੇ ਹਾਲਾਤਾਂ 'ਚ ਇੱਥੋਂ ਗਏ ਸਾਂ ਔਰ ਉੱਥੇ ਕਿਹੜੇ ਹਾਲਾਤਾਂ 'ਚ ਅਸੀਂ ਕਾਮਯਾਬ ਹੋਏ ਹਾਂ ਔਰ ਉਹਨਾਂ ਦੀ ਸਿਰਫ ਅਤੇ ਸਿਰਫ ਕੋਸ਼ਿਸ਼ ਹੋਈ ਆ ਕਿ ਉਹੋ ਜਿਹੇ ਹਾਲਾਤ ਜਿਹੜੇ ਆ ਦੁਬਾਰਾ ਇੱਥੇ ਪੈਦਾ ਕੀਤੇ ਜਾ ਸਕਣ ਬਹੁਤ ਸਾਰੇ ਬਾਹਰ ਵਸਦੇ ਪੰਜਾਬੀ ਇਸ ਵੇਲੇ ਸਾਡੀ ਚੋਣ ਮੁਹਿੰਮ 'ਚ ਇੱਥੇ ਆਏ ਹੋਏ ਆ ਸਾਨੂੰ ਇਹਦੇ 'ਤੇ ਬਹੁਤ ਖੁਸ਼ੀ ਆ ਔਰ ਇਹ ਸਾਡੀਆਂ ਸਟੇਜਿਸ ਤੋਂ ਵੀ ਬੋਲਦੇ ਆ ਸਾਡੀ ਨੁੱਕੜ ਮੀਟਿੰਗਸ ਦੇ ਵਿੱਚ ਵੀ ਹਿੱਸਾ ਲੈਂਦੇ ਜਿਹੜੇ ਜਿਹੜੇ ਥਾਂ 'ਚ ਹੈਗੇ ਆ ਸੋ ਤੁਸੀਂ ਵੇਖੋਗੇ ਅਗਲੇ ਦਿਨਾਂ ਦੇ ਵਿੱਚ ਕਿ ਕਿਵੇਂ ਇਹ ਜਿਹੜੇ ਪੰਜਾਬ ਨੇ ਇਹਨਾਂ ਨੂੰ ਇੱਥੋਂ ਨਹੀਂ ਚੱਲਿਆ ਉਸੇ ਪੰਜਾਬ ਦਾ ਜਿਹੜਾ ਨਿਜ਼ਾਮ ਆ ਇੱਥੋਂ ਦੀ ਨੁਹਾਰ ਆ ਉਹਨੂੰ ਬਦਲਣ ਵਾਸਤੇ ਬਹੁਤ ਵੱਡਾ ਯੋਗਦਾਨ ਪਾ ਰਹੇ ਆ ਬਹੁਤ ਸਾਰੇ ਪੰਜਾਬੀ ਤੁਹਾਨੂੰ ਪਤਾ ਹੀ ਆ ਕਿ ਕਈ ਸਾਲਾਂ ਤੋਂ ਹੁਣ ਆਉਣ ਤੋਂ ਗਰੇਜ਼ ਕਰਦੇ ਸੀ ਕਿਉਂਕਿ ਉਹ ਇੱਥੇ ਸੁਰੱਖਿਅਤ ਮਹਿਸੂਸ ਨਹੀਂ ਸੀ ਕਰਦੇ ਉਹਨਾਂ ਦੀਆਂ ਪ੍ਰੋਪਰਟੀਜ਼ ਇੱਥੇ ਰੱਖੀਆਂ ਜਾ ਰਹੀਆਂ ਸੀ ਜ਼ਬਤ ਕੀਤੀਆਂ ਜਾ ਰਹੀਆਂ ਸੀ ਸੋ ਉਹਦੇ ਵਾਸਤੇ ਜਿਹੜਾ ਸਾਡਾ ਹੁਣ ਫਾਈਨਲ ਮੈਨੀਫੈਸਟੋ 1-2 ਦਿਨਾਂ ਦੇ ਵਿੱਚ ਰਿਲੀਜ਼ ਹੋਣ ਜਾ ਰਿਹਾ ਅਰਵਿੰਦ ਕੇਜਰੀਵਾਲ ਜੀ ਖੁਦ ਮੈਨੀਫੈਸਟੋ ਰਿਲੀਜ਼ ਕਰਨਗੇ ਓਵਰਆਲ ਮੈਨੀਫੈਸਟੋ ਜਿਹੜਾ ਵਾ ਉਹਦੇ 'ਚ ਇੱਕ ਸੈਕਸ਼ਨ ਆ ਸਪੈਸ਼ਲੀ NRIs ਵਾਸਤੇ ਕਿ ਉਹਨਾਂ ਦੀਆਂ ਕਿਵੇਂ ਪ੍ਰੋਪਰਟੀ ਜਿਹੜੀਆਂ ਵਾ ਉਹ ਸੁਰੱਖਿਅਤ ਕੀਤੀਆਂ ਨੇ ਸੋ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਸਾਡੇ ਸਾਰਿਆਂ ਵੱਲੋਂ ਉਹਨਾਂ ਦਾ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਮਿਹਰਬਾਨੀ